ਵਿਊਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ ਜੀ ਡਾਕਟਰ ਸਾਹਿਬ ਅਸੀਂ ਹੁਣ ਆਪਣੇ ਦਰਸ਼ਕਾਂ ਨੂੰ ਆਈਆਂ ਈਮੇਲ ਤੇ ਮੈਸੇਜ ਨੂੰ ਪੜਦੇ ਆ ਸਾਡੇ ਕੋਲ ਤੁਹਾਡੀ ਈਮੇਲ ਤੋਂ ਪਹਿਲਾਂ ਇੱਕ ਅਨਾਉਂਸਮੈਂਟ ਤਾਂ ਕਰਨੀ ਚਾਹੁੰਦਾ ਇੱਕ ਤਾਂ ਕੱਲ ਜਿਵੇਂ ਅਸੀਂ ਦੱਸਿਆ ਸੀ ਕਿ ਫੇਸਬੁੱਕ ਦੇ ਉੱਤੇ ਲਾਈਵ TV84 ਹੁਣ ਚੱਲਦਾ ਜੀ ਕੱਲ ਕੁਝ ਦਰਸ਼ਕਾਂ ਨੇ ਲੌਗਇਨ ਦੀ ਪ੍ਰੋਬਲਮ ਦੱਸੀ ਸੀ ਉਸ ਨੂੰ ਠੀਕ ਕਰ ਲਿਆ ਗਿਆ ਸੋ ਫੁੱਲ ਸਕਰੀਨ ਦੇ ਉੱਤੇ ਉਹ ਇਸ ਨੂੰ ਦੇਖ ਸਕਦੇ ਨੇ ਦੂਸਰਾ ਪਿਛਲੇ ਸੈਚਰਡੇ ਜਿਹੜਾ ਬੇਟਾ ਸੁਖਜਿੰਦਰ ਸਿੰਘ ਦੀ ਅੰਤਮ ਅਰਦਾਸ ਦਾ ਪ੍ਰੋਗਰਾਮ ਜਿਹੜਾ ਕਿ ਲਗਭਗ 2.5 ਘੰਟੇ ਦਾ ਰਿਕਾਰਡ ਹੋਇਆ ਉਸ ਨੂੰ ਸੈਚਰਡੇ ਯਾਨੀ ਕਿ ਕੱਲ ਜਿਹੜੇ 8 ਵਜੇ ਸ਼ਾਮ TV84 ਦੇ ਉੱਤੇ ਦਿਖਾਇਆ ਜਾਏਗਾ ਸੋ ਆਲਮੋਸਟ 2.5 ਘੰਟੇ ਦਾ ਇਹ ਪ੍ਰੋਗਰਾਮ ਹੈ ਸੋ ਇਸ ਨੂੰ ਦਰਸ਼ਕ ਜ਼ਰੂਰ ਦੇਖਣ ਜੀ ਡਾਕਟਰ ਸਾਹਿਬ ਸਾਡੇ ਕੋਲ ਫੇਸਬੁੱਕ ਮੈਸੇਜ ਆਇਆ ਹੈ ਨਿਊ ਈਅਰ ਜੀ ਤੋਂ ਵੀਰ ਰੋਜਰ ਸਿੰਘ ਜੀ ਦਾ ਇਹ ਲਿਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਮੈਂ ਸਿੱਖਾਂ ਦੇ ਕੌਮੀ ਘਰ ਲਈ ਤੁਹਾਡੀ ਅੰਤਿਕ ਮਿਹਨਤ ਪੈਸ਼ਨ ਤੇ ਸਿਦਕ ਦੀ ਸ਼ਲਾਘਾ ਕਰਦਾ ਹਾਂ ਤੁਹਾਡੇ ਹਰ ਸ਼ੋਅ ਨੂੰ ਸੁਣਨ ਤੋਂ ਬਾਅਦ ਹਰ ਲੰਘਦੇ ਦਿਨ ਨਾਲ ਸਾਡੇ ਗਿਆਨ ਵਿਚ ਵਾਧਾ ਹੋ ਰਿਹਾ ਹੈ ਸਿੱਖ ਫਿਲਾਸਫੀ ਤੇ ਸਿੱਖ ਇਤਿਹਾਸ ਤੇ ਤੁਹਾਡੀ ਪਕੜ ਦਾ ਕੋਈ ਸਾਨੀ ਨਹੀਂ ਹੈ ਮੈਂ ਸਮਝਦਾ ਹਾਂ ਕਿ ਦੁਨੀਆਂ ਭਰ ਦੇ ਹਰ ਸੂਝਵਾਨ ਸਿੱਖ ਨੂੰ ਤੁਹਾਡਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਤੁਸੀਂ ਸਿੱਖਾਂ ਨੂੰ ਜਾਗਰੂਕ ਕਰ ਰਹੇ ਹੋ ਤੇ ਸਿਆਸੀ ਚੁਣੌਤੀਆਂ ਤੋਂ ਜਾਣੂ ਕਰਵਾ ਰਹੇ ਹੋ ਤੁਹਾਡੇ ਸ਼ਬਦ ਸਾਨੂੰ ਝੰਜੋੜਦੇ ਹਨ ਅੰਦਰੋਂ ਸੱਚੋ ਸੱਚ ਲਈ ਮੇਰਾ ਸਵਾਲ ਹੈ ਅਮਰੀਕਾ ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੇ ਮੱਦੇਨਜ਼ਰ ਸਿੱਖਾਂ ਨੂੰ ਕਿਹੜੀ ਪਾਰਟੀ ਅਤੇ ਕਿਹੜੇ ਉਮੀਦਵਾਰ ਨੂੰ ਵੋਟ ਪਾਉਣੀ ਚਾਹੀਦੀ ਹੈ ਗੁਰੂ ਮਹਾਰਾਜ ਤੁਹਾਨੂੰ ਅਤੇ TV84 ਨੂੰ ਚੜ੍ਹਦੀ ਕਲਾ ਬਖਸ਼ਣ ਧੰਨਵਾਦ ਜੀ ਡਾਕਟਰ ਸਾਹਿਬ ਵੀਰ ਰੋਜਰ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਨਿਊ ਜਰਸੀ ਤੋਂ ਲਿਖਿਆ ਜੀ ਉਹਨਾਂ ਨੇ ਬਹੁਤ ਜ਼ਿਆਦਾ ਸਿਫਤ ਦੇ ਸ਼ਬਦ ਕਹੇ ਨੇ ਇਹਨਾਂ ਦੇ ਅਸੀਂ ਕਾਬਲ ਨਹੀਂ ਹੈ ਅਸੀਂ ਤਾਂ ਇੱਕ ਚੌਕੀਦਾਰ ਵਾਲਾ ਫਰਜ਼ ਅਦਾ ਕਰ ਰਹੇ ਹਾਂ ਜਾਗਦੇ ਰਹੋ ਜਾਗਦੇ ਰਹੋ ਬਾਕੀ ਅੱਜ ਵੀ ਕੁਛ ਨੌਜਵਾਨ ਜਿਹੜੇ ਮਿਲਣ ਲਈ ਆਏ ਉਹਨਾਂ ਦੇ ਨਾਲ ਗੱਲਬਾਤ ਹੋ ਰਹੀ ਸੀ ਔਰ ਮੈਂ ਇਹੀ ਕਿਹਾ ਉਹਨਾਂ ਨੂੰ ਮੈਂ ਕਿਹਾ ਜੀ ਅਸੀਂ ਤਾਂ ਸੱਚ ਦਾ ਇੱਕ ਆਪਣਾ ਭਾਰ ਹੁੰਦਾ ਇਹਦੇ 'ਚ ਕੋਈ ਸ਼ੱਕ ਨਹੀਂ ਹਿੰਦੁਸਤਾਨ ਦੀ ਹਕੂਮਤ ਐਮਬੈਸੀਆਂ ਕੌਂਸਲੇਟ ਕਿੰਨੇ ਮੀਡੀਆ ਚੈਨਲ ਗਿਣੇ ਹੀ ਨਹੀਂ ਜਾ ਸਕਦੇ ਸੈਂਕੜਿਆਂ ਦੀ ਗਿਣਤੀ 'ਚ TV ਨੇ ਭਾਰਤ ਦੇ ਵਿੱਚ ਇਸ ਵੇਲੇ ਔਰ ਹਜ਼ਾਰਾਂ ਦੀ ਗਿਣਤੀ 'ਚ ਅਖਬਾਰਾਂ ਰੇਡੀਓ ਪ੍ਰੋਗਰਾਮ ਸ਼ਾਇਦ ਦੁਨੀਆਂ ਦੇ ਮੇਜਰ 2-3 ਜਿਹੜੇ ਇਸ ਕਿਸਮ ਦੇ ਨਿਊਜ਼ ਪੇਪਰ ਜਾਂ ਮੀਡੀਆ ਚੈਨਲ ਵਾਲੀਆਂ ਕੰਟਰੀਜ਼ ਨੇ ਉਹਨਾਂ 'ਚ ਭਾਰਤ ਦਾ ਨਾਂ ਹੈ ਔਰ ਅਸੀਂ ਫਕੀਰ ਬਿਨਾਂ ਕਿਸੇ ਵੱਡੇ ਬਜਟ ਤੋਂ ਇੱਕ ਸਧਾਰਨ ਇਸ ਫੇਥ ਦੇ ਨਾਲ ਕਿ ਸੱਚ ਦਾ ਬੜਾ ਭਾਰ ਹੈ ਔਰ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ ਸਾਡੇ ਗੁਰੂ ਦਾ ਆਦੇਸ਼ ਹੈ ਔਰ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੇ ਦਰਸ਼ਕਾਂ ਨੇ ਸ਼ਰੋਤਿਆਂ ਨੇ ਪਿਛਲੇ ਲਗਭਗ 3.5 ਸਾਲ ਤੋਂ ਜਿੱਥੇ ਸਾਨੂੰ ਹੌਸਲਾ ਦਿੱਤਾ ਹੈ ਆਰਥਿਕ ਮਦਦ ਕੀਤੀ ਹੈ ਉੱਥੇ ਉਹਨਾਂ ਨੇ ਸਾਨੂੰ ਇਸ ਕਾਬਲ ਵੀ ਸਮਝਿਆ ਕਿ ਅਸੀਂ ਸੱਚਮੁੱਚ ਕੌਮ ਦੀ ਆਵਾਜ਼ ਨੂੰ ਇੱਕ ਠੀਕ ਪਰਸਪੈਕਟਿਵ ਦੇ ਵਿੱਚ ਦੇਖ ਸਕਦੇ ਔਰ ਇਸ ਨੂੰ ਉਹ ਜਿਹੜੇ ਨੇ ਸਰਾਉਂਦੇ ਨੇ ਹਾਲਾਂਕਿ ਮੈਂ ਬਾਰ ਬਾਰ ਇਹ ਕਹਿਣਾ ਨਹੀਂ ਚਾਹੁੰਦਾ ਅਸੀਂ ਫਿਰ ਵੀ ਕਾਫੀ ਸਟਰਗਲਿੰਗ ਟਾਈਮ 'ਚੋਂ ਲੰਘ ਰਹੇ ਹਾਂ ਔਰ ਇਹ ਮੈਂ ਜ਼ਰੂਰ ਅਪੀਲ ਕਰਾਂਗਾ ਕਿ ਵੱਧ ਤੋਂ ਵੱਧ ਆਰਥਿਕ ਮਦਦ ਪੇਪਾਲ ਜਿਹੜਾ ਹੈ ਬੜਾ ਹੁਣ ਈਜ਼ੀ ਹੈ ਜਿਸ ਰਾਹੀਂ ਤੁਸੀਂ ਰੈਗੂਲਰ ਮੰਥਲੀ ਕਮਿਟਮੈਂਟ ਕਰ ਸਕਦੇ ਹੋ ਵਨ ਟਾਈਮ ਤੁਸੀਂ ਦੇਣਾ ਚਾਹੁੰਦੇ ਹੋ ਕਿਸੇ ਤਰੀਕੇ ਨਾਲ ਵੀ ਕਿਉਂਕਿ ਸਾਡੇ ਲਈ ਜੇ ਤਨਖਾਹਾਂ ਦੂਸਰੇ ਖਰਚੇ ਰੈਗੂਲਰਲੀ ਜਿਹੜੇ ਹੋ ਰਹੇ ਨੇ ਉਹ ਅਸੀਂ ਤਾਂ ਹੀ ਦੇ ਸਕਾਂਗੇ ਹੋਰ ਸਾਡੇ ਕੋਲ ਕੋਈ ਐਡਵਰਟਾਈਜ਼ਮੈਂਟਸ ਦੂਸਰੇ ਤੀਸਰੇ ਸਾਧਨ ਬਹੁਤੇ ਜ਼ਿਆਦਾ ਨਹੀਂ ਨੇ ਔਰ ਵੀ ਅਜੇ ਸਾਨੂੰ ਜਾਂਚ ਵੀ ਨਹੀਂ ਹੈ ਮਾਰਕੀਟਿੰਗ ਦੀ ਦੂਸਰਿਆਂ ਦੀ ਸਿੱਖ ਰਹੇ ਹਾਂ ਹੌਲੀ ਹੌਲੀ ਲੇਕਿਨ ਜੇ ਤੁਹਾਡੀ ਮਦਦ ਰਹੇਗੀ ਤਾਂ ਅਸੀਂ ਜ਼ਰੂਰ ਜਿਹੜਾ ਇਸ ਆਵਾਜ਼ ਨੂੰ ਇਸੇ ਹੀ ਇਮਾਨਦਾਰੀ ਦੇ ਨਾਲ ਇਸੇ ਹੀ ਬੁਲੰਦੀ ਦੇ ਨਾਲ ਔਰ ਹੋਰ ਵੀ ਤਰੀਕਿਆਂ ਰਾਹੀਂ ਜਿਹੜੀ ਹੈ ਇਸ TV84 ਦੀ ਆਵਾਜ਼ ਦੂਰ ਦੂਰ ਤੱਕ ਪਹੁੰਚਾਉਣ ਦੀ ਕੋਸ਼ਿਸ਼ 'ਚ ਕਰਦੇ ਰਹਾਂਗੇ ਔਰ ਉਹਨਾਂ ਨੇ ਜਿਹੜਾ ਇਹ ਕਿਹਾ ਵੀ ਦੁਨੀਆਂ ਦੇ ਹਰ ਸਿੱਖ ਨੂੰ ਸਾਡਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਮੈਂ ਸਮਝਦਾ ਵੀ ਇਹ ਥੋੜ੍ਹੀ ਜਿਹੀ ਜ਼ਿਆਦਤੀ ਹੈ ਅਸੀਂ ਸ਼ੁਕਰਗੁਜ਼ਾਰ ਹਾਂ ਦੁਨੀਆਂ ਭਰ 'ਚ ਬੈਠੇ ਆਪਣੇ ਵੀਰਾਂ ਭੈਣਾਂ ਦੇ ਜਿਹੜੇ ਸਾਨੂੰ ਇਸ ਕਦਰ ਪਿਆਰ ਕਰਦੇ ਨੇ ਬਾਕੀ ਪਕੜ ਤਾਂ ਕੋਈ ਚੀਜ਼ ਨਹੀਂ ਹੁੰਦੀ ਮੈਂ ਸਮਝਦਾ ਵੀ ਇੱਕ ਵਿਦਿਆਰਥੀ ਦੇ ਨਾਤੇ ਸਿੱਖ ਦਾ ਮਤਲਬ ਹੀ ਸੀਕਰ ਆਫਟਰ ਦਾ ਟਰੂਥ ਹੈ ਅਸੀਂ ਲਰਨਰ ਹੈ ਔਰ ਉਹਦੇ 'ਚ ਮੈਂ ਬਹੁਤ ਕੁਛ ਸਿੱਖਦਾ ਹਰ ਚੜ੍ਹਦੇ ਸੂਰਜ ਜਦੋਂ ਮੈਂ ਕੁਛ ਨਵੀਂ ਚੀਜ਼ ਪੜ੍ਹਦਾ ਹੈ ਕੋਈ ਨਵੀਂ ਗੱਲ ਮੇਰੇ ਸਾਹਮਣੇ ਆਉਂਦੀ ਹੈ ਕੋਈ ਕੌਲਮ ਮੈਂ ਕਿਸੇ ਹੋਰ ਦੀ ਲਿਖਤ ਪੜ੍ਹਦਾ ਅਤੇ ਮੈਨੂੰ ਇਹ ਲੱਗਦਾ ਕਿ ਵੀ ਸਾਨੂੰ ਤਾਂ ਕੁਛ ਵੀ ਨਹੀਂ ਆਉਂਦਾ ਔਰ ਹਰ ਨਵੇਂ ਸੂਰਜ ਜਿਵੇਂ ਰੂਹਾਨੀਅਤ ਦੀ ਦੁਨੀਆਂ 'ਚ ਅਸੀਂ ਪੜ੍ਹਦੇ ਹਾਂ ਕਿ ਸਾਹਿਬ ਮੇਰਾ ਨੀਤ ਨਵਾਂ
ਸਦਾ ਸਦਾ ਦਾਤਾ ਹਰ ਦਿਨ ਤੁਹਾਡਾ ਗੁਰੂ ਇੱਕ ਨਵੇਂ ਰੰਗ ਚ ਨਵੇਂ ਰੂਪ ਚ ਨਵੀਂ ਉਸ ਅੰਡਰਸਟੈਂਡਿੰਗ ਦੇ ਨਾਲ ਤੁਸੀਂ ਗੁਰੂ ਨੂੰ ਚਾਅ ਦੇ ਨਾਲ ਦੇਖਦੇ ਹੋ। ਇਸੇ ਤਰ੍ਹਾਂ ਜਦੋਂ ਤੁਸੀਂ ਡੇ ਟੂ ਡੇ ਆਪਣੇ ਇੰਟੈਲੈਕਟ ਜਾਂ ਬੌਧਿਕਤਾ ਵੱਲ ਵੀ ਦੇਖਦੇ ਹੋ ਤੇ ਕਈ ਵਾਰ ਲੱਗਦਾ ਵੀ ਵਾਹ ਕਿਆ ਕਮਾਲ ਕੀਤੀ ਹੋਈ ਹੈ ਲਰਨਿੰਗ ਦੇ ਵਿੱਚ, ਕਿਸ ਨੇ ਕੀ ਕਿਹਾ। ਅੱਜ ਹੀ ਜਦੋਂ ਮੈਂ ਆਪਣਾ ਵੀਕਲੀ ਕੋਲਮ ਪਿਛਲੇ ਦਿਨ ਦਾ ਪੜ੍ਹ ਰਿਹਾ ਸੀ ਲਿਖਿਆ, ਔਰ ਉਹਦੇ 'ਚ ਮੈਂ ਸ਼ਰਮਿਲਾ ਆਇਓਨ ਆਇਰੋਮ ਸ਼ਰਮਿਲਾ ਨੂੰ ਜਿਹੜੀ ਇਹ ਟ੍ਰਿਬਿਊਟ ਦਿੰਦੇ ਹਾਂ, ਇਹ ਕਿਹਾ ਮੈਂ ਕਿਹਾ ਜੀ ਵੀ ਕਹਾਣੀ ਹੈ ਕਿ ਮਨਸੂਰ ਜਿਸ ਨੂੰ ਸੱਚ ਬੋਲਣ ਲਈ ਸੂਫੀ ਫਕੀਰ ਸੀ ਰੱਬ ਨਾਲ ਜੁੜਿਆ ਹੋਇਆ, ਮੌਤ ਦੀ ਸਜ਼ਾ ਦਿੱਤੀ ਗਈ ਔਰ ਉਹ ਕਿਹਾ ਗਿਆ ਕਿ ਜਦੋਂ ਉਹਨੇ ਜਾਣਾ ਦਾਰ ਵੱਲ ਸੂਲੀ ਵੱਲ ਅਤੇ ਸਾਰੇ ਜਿਹੜੇ ਨੇ ਉਸ ਨੂੰ ਪੱਥਰ ਮਾਰਨ, ਕੋਈ ਚਿੱਕੜ ਸੁੱਟ ਰਿਹਾ ਕੋਈ ਪੱਥਰ ਮਾਰ ਰਿਹਾ, ਔਰ ਉਹ ਹੱਸਦਾ ਹੱਸਦਾ ਰੱਬ ਦੇ ਗੀਤ ਗਾਉਂਦਾ ਜਾ ਰਿਹਾ ਹੈ ਮੁਸਕਰਾਉਂਦਾ। ਔਰ ਜਦੋਂ ਉਸ ਦਾ ਇੱਕ ਕੰਪੈਨੀਅਨ ਵੀ, ਕਈਆਂ ਨੇ ਪਹਿਲਾਂ ਸ਼ਾਗਿਰਦ ਲਿਖਿਆ ਪਰ ਮੈਂ ਦੇਖਿਆ ਵੀ ਉਹ ਵੀ ਫੈਲੋ ਫਿਲੋਸਫਰ ਹੀ ਸੀ, ਉਸ ਕਿਸਮ ਦਾ ਹੀ ਰੱਬ ਨੂੰ ਮਿਲਿਆ ਹੋਇਆ ਸ਼ਿਬਲੀ, ਜਦੋਂ ਸ਼ਿਬਲੀ ਦੇ ਕੋਲੋਂ ਦੀ ਲੰਘਿਆ ਅਤੇ ਹੁਣ ਕਿਉਂਕਿ ਦੇਖ ਰਹੇ ਸੀ ਬਾਕੀ ਵੀ ਉਹਨਾਂ ਦੇ ਸੋਲਜਰ ਵੀ ਕਿ ਵੀ ਇਹ ਹੁਕਮ ਮੰਨਦਾ ਕਿ ਨਹੀਂ ਸੀ, ਵੀ ਇਹਨੂੰ ਪੱਥਰ ਉਹਨੇ ਜਿਹੜਾ ਆਪਣੀ ਮੁੱਠੀ ਘੁੱਟੀ ਸੀ ਉਹਦੇ 'ਚ ਗੁਲਾਬ ਦਾ ਫੁੱਲ ਸੀ ਅਤੇ ਉਹ ਉਹਦੇ ਵੱਲ ਵਗਾਇਆ, ਉੱਥੇ ਹੀ ਮਨਸੂਰ ਰੁਕਿਆ, ਉਹਦੀਆਂ ਅੱਖਾਂ 'ਚ ਅਥਰੂ ਆਏ ਔਰ ਉਹਨੂੰ ਕਿਹਾ ਕਿ ਵੀ ਹੁਣ ਤੱਕ ਤਾਂ ਤੂੰ ਪੁੱਛਿਆ ਜਿਵੇਂ ਡਾਇਲੋਗ ਹੁੰਦਾ ਕਿਸੇ ਨੇ ਕਿ ਵੀ ਇਹ ਕੀ ਹੈ। ਉਹਨੇ ਕਿਹਾ ਵੀ ਨਹੀਂ, ਇਹ ਸਾਰੇ ਜੋ ਕਰ ਰਹੇ ਸੀ ਇਹ ਤਾਂ ਅਗਿਆਨਤਾ ਵੱਸ ਕਰ ਰਹੇ ਸੀ, ਡਰ ਦੇ ਵਿੱਚ ਅਗਿਆਨਤਾ ਦੇ ਵਿੱਚ, ਇਹਨਾਂ ਨੂੰ ਕੋਈ ਸਜ਼ਾ ਨਹੀਂ ਮਿਲੇਗੀ ਰੱਬ ਤੋਂ। ਪਰ ਇਹ ਬੰਦਾ ਜਿਹੜਾ ਸੱਚ ਨੂੰ ਜਾਣਦਾ ਔਰ ਜਿਸ ਨੂੰ ਪਤਾ ਹੈ ਵੀ ਇਹ ਕੀ ਕਰ ਰਿਹਾ, ਭਾਵੇਂ ਇਹਨੇ ਫੁੱਲ ਹੀ ਮਾਰਿਆ ਪਰ ਇਹਨੇ ਹੁਕਮ ਮੰਨਿਆ ਇਲੀਗਲ ਨੂੰ, ਉਹਨੇ ਕਿਹਾ ਵੀ ਇਹ ਰੱਬ ਦੀ ਦਰਗਾਹ ਦੇ ਵਿੱਚ ਜਿਹੜਾ ਉਹ ਜਵਾਬਦੇਹ ਹੋਏਗਾ ਔਰ ਸਜ਼ਾ ਯਾਫਤਾ ਹੋਏਗਾ। ਸੋ ਮੈਂ ਸਮਝਦਾ ਵੀ ਸਾਡਾ ਮਕਸਦ ਉਹਨਾਂ ਨੂੰ ਜਿਹੜੇ ਤਾਂ ਇੱਕ ਤਾਂ ਉਹ ਕਲਾਸ ਹੈ ਕਬੀਰ ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੇ ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰੇ। ਕਬੀਰ ਸਾਹਿਬ ਕਹਿੰਦੇ ਨੇ ਕਿ ਮਨ ਸਭ ਪਤਾ ਹੈ ਔਰ ਜਾਣਦਿਆਂ ਹੋਇਆਂ ਵੀ ਔਗਣ ਕਰਨਾ, ਹੱਥ ਦੇ ਵਿੱਚ ਦੀਵਾ ਫੜਿਆ ਹੋਇਆ ਖੂਹ ਦੇ ਵਿੱਚ ਜਾ ਕੇ ਡਿੱਗਣਾ, ਇਹ ਤਾਂ ਹੈ ਜਾਣ ਬੁੱਝ ਕੇ, ਇਹਨਾਂ ਨੂੰ ਨਹੀਂ ਅਸੀਂ ਸਮਝਾ ਸਕਦੇ। ਸੋ ਸਾਡਾ ਟਾਰਗੇਟ ਉਹ ਸਿੱਖ ਨੇ ਸਾਡੇ ਵੀਰ ਭੈਣਾਂ ਜਾਂ ਜਿਹੜੇ ਸਿੱਖ ਨਹੀਂ ਵੀ ਨੇ ਸੱਚ ਨੂੰ ਜਾਣਨਾ ਚਾਹੁੰਦੇ ਨੇ ਕਿ ਉਸ ਸੱਚ ਦੀ ਆਵਾਜ਼ ਜਿਸ ਨੂੰ ਹਿੰਦੁਸਤਾਨ ਦੀ ਹਕੂਮਤ ਨੇ ਦਬਾਇਆ, ਝੂਠਾ ਪ੍ਰਚਾਰ ਕੀਤਾ, ਸਾਨੂੰ ਉਸ ਪ੍ਰੋਪੇਗੈਂਡਾ ਵਾਰਫੇਅਰ ਦੇ ਵਿੱਚ ਮਾਰਿਆ, ਅੱਤਵਾਦੀ ਅਲਗਾਵਵਾਦੀ ਉਗਰਵਾਦੀ, ਫਿਜ਼ੀਕਲੀ ਤਾਂ ਮਾਰਿਆ ਹੀ ਮਾਰਿਆ ਪਰ ਵਰਸਟ ਹੁੰਦਾ ਜਦੋਂ ਤੁਸੀਂ ਜਿਹੜੇ ਮਰੇ ਸੱਚ ਦੇ ਲਈ ਉਹਨਾਂ ਨੂੰ ਵੀ ਤੁਸੀਂ ਬੈਡ ਨੇਮ ਦੇ ਕੇ ਦਹਿਸ਼ਤਗਰਦ ਅਤੇ ਕਾਲਾ ਦੌਰ ਅਤੇ ਹੋਰ ਕਈ ਕੁਛ ਬਣਾ ਦਿਓ। ਸੋ ਅਸੀਂ ਉਸ ਆਵਾਜ਼ ਦੇ ਜਿਹੜੇ ਆ ਉਹ ਪਹਿਰੇਦਾਰ ਹੈ, ਜਿਹੜੀ ਆਵਾਜ਼ ਸੱਚ ਹੱਕ ਇਨਸਾਫ ਦੀ, ਜਿਹੜੀ ਪਰਵਾਨਿਆਂ ਦੀ ਆਵਾਜ਼, ਜਿਹੜੇ ਆਏ ਟੱਠੇ ਅਕਾਲ ਤਖ਼ਤ ਨੂੰ ਦੇਖ ਕੇ, ਜਿਹੜੇ ਗੁਰੂ ਦੇ ਪਿਆਰ 'ਚ ਆ ਕੇ ਉਸ ਕੁਰਬਾਨੀ ਦੀ ਸ਼ਮਾ ਦੇ ਉੱਤੇ ਆ ਕੇ ਉਹਨਾਂ ਨੇ ਆਪਣਾ ਆਪ ਜਿਹੜਾ ਉਹ ਢਾਲ ਦਿੱਤਾ ਹੈ, ਆਪਣਾ ਆਪ ਮੋਮ ਬਣਾ ਲਿਆ, ਆਪਣਾ ਆਪ ਉਸ ਅੱਗ ਦੇ ਹਵਾਲੇ ਕਰ ਦਿੱਤਾ। ਸੋ ਅਖੀਰ 'ਚ ਉਹਨਾਂ ਨੇ ਸਵਾਲ ਪੁੱਛਿਆ ਵੀ ਜਦੋਂ ਅਮੈਰੀਕਨ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਦੇ ਵਿੱਚ ਕਿਹੜੇ ਕੈਂਡੀਡੇਟਸ ਜਾਂ ਪਾਰਟੀਜ਼ ਦੇ ਜਿਹੜੇ ਨੇ ਉਹਨਾਂ ਨੂੰ ਵੋਟ ਪਾਈ ਜਾਏ। ਮੈਂ ਅਕਸਰ ਇਸ ਦੇ ਉੱਤੇ ਕਮੈਂਟ ਕੀਤਾ ਹੋਇਆ ਕਿ ਘੱਟ ਗਿਣਤੀਆਂ ਨੂੰ ਇਹ ਉਹਨਾਂ ਦੀ ਵੈਲਫੇਅਰ ਲਈ ਜਾਂ ਉਹਨਾਂ ਦੇ ਭਲੇ 'ਚ ਹੁੰਦਾ ਕਿ ਉਹ ਹਰ ਫਰੰਟ ਦੇ ਉੱਤੇ ਹੀ ਮੌਜੂਦ ਹੋਣ, ਜਾਂ ਜਿਹਨੂੰ ਮੈਂ ਅਕਸਰ ਕਹਿੰਦਾ ਕਿ ਪੁੱਟ ਯੂਅਰ ਐਗਜ਼ ਇਨ ਆਲ ਦਾ ਬਾਸਕਟਸ, ਸਾਰੀਆਂ ਟੋਕਰੀਆਂ ਦੇ ਵਿੱਚ ਆਂਡੇ ਰੱਖੋ, ਪਤਾ ਨਹੀਂ ਕਿਹੜੇ ਟੁੱਟ ਜਾਣੇ ਨੇ, ਕਿਹਨਾਂ 'ਚੋਂ ਚੂਜ਼ੇ ਨਿਕਲ ਆਉਣੇ ਨੇ। ਸੋ ਇਸੇ ਤਰ੍ਹਾਂ ਅਸੀਂ ਸਮਝਦੇ ਹਾਂ ਕਿ ਵੀ ਇੱਕ ਤਾਂ ਕਨਵਿਕਸ਼ਨ ਹੈ, ਔਰ ਮੈਂ ਅਕਰੋਸ ਅਮੈਰੀਕਾ ਦੇਖਦਾ ਭਾਵੇਂ ਵੱਡੀ ਗਿਣਤੀ 'ਚ ਸਿੱਖ ਡੈਮੋਕਰੈਟ ਨੇ ਕਿਉਂਕਿ ਉਹਨਾਂ ਦੀ ਵਿਚਾਰਧਾਰਾ ਕਾਫੀ ਹੱਦ ਤੱਕ ਜਿਹੜੀ ਹੈ ਇਮੀਗ੍ਰੈਂਟਸ ਦੇ ਹੱਕ 'ਚ ਹੈ, ਦੂਸਰੇ ਮਜ਼ਦੂਰਾਂ ਦੇ ਹੱਕ 'ਚ ਹੈ, ਲੇਬਰ ਦੇ ਹੱਕ 'ਚ ਹੈ, ਪਰ ਕੁਛ ਉਹ ਵੀ ਨੇ ਜਿਹੜੇ ਬਾਈ ਕਨਵਿਕਸ਼ਨ ਰਿਪਬਲਿਕਨ ਨੇ, ਉਹ ਸਮਝਦੇ ਨੇ ਕਿ ਵੀ ਜੇ ਗਨ ਰਾਈਟਸ ਹੈ ਇਹ ਸਿੱਖਾਂ ਵਾਲੀ ਗੱਲ ਹੈ, ਕੋਈ ਸਿੱਖੀ ਭੁੱਖੇ ਨੰਗੇ ਪੈਦਾ ਨਹੀਂ ਕਰਦੀ, ਇਹਨਾਂ ਦੀਆਂ ਨੀਤੀਆਂ ਜਿਹੜੀਆਂ ਨੇ ਇਕਨੋਮਿਕਲੀ ਜਿਹੜਾ ਮੁਲਕ ਨੂੰ ਸਾਊਂਡ ਕਰਨ ਵਾਲੀਆਂ ਨੇ। ਪਰ ਇਸੇ ਤਰ੍ਹਾਂ ਵਿਦ ਇਨ ਡੈਮੋਕਰੈਟਿਕ ਰਿਪਬਲਿਕਸ ਵੀ ਤੁਹਾਨੂੰ ਉਹ ਲੋਕ ਮਿਲਣਗੇ ਜਿਹੜੇ ਸੋਸ਼ਲੀ ਰਿਪਬਲਿਕਨ ਨੇ, ਇਕਨੋਮਿਕਲੀ ਡੈਮੋਕਰੈਟ ਨੇ ਕਿ ਭਾਈ ਨੀਤੀਆਂ ਉਹ ਡੈਮੋਕਰੈਟਾਂ ਦੀਆਂ ਆਰਥਿਕਤਾ 'ਚ ਮੰਨਦੇ ਨੇ ਲੇਕਿਨ ਸੋਸ਼ਲ ਦੇ ਵਿੱਚ ਉਹ ਸਮਝਦੇ ਨੇ। ਇਸੇ ਤਰ੍ਹਾਂ ਪ੍ਰੋ ਅਬੋਰਸ਼ਨ ਐਂਡ ਅਗੇਂਸਟ ਅਬੋਰਸ਼ਨ ਵਿਦ ਇਨ ਰਿਪਬਲਿਕਨ ਵੀ ਨੇ, ਹਾਲਾਂ ਰਿਪਬਲਿਕਨ ਪਾਰਟੀ ਦੀ ਪੋਜੀਸ਼ਨ ਕੰਜ਼ਰਵੇਟਿਵ ਹੈ, ਲੇਕਿਨ ਉਹਨਾਂ 'ਚੋਂ ਨੇ ਜਿਹੜੇ ਪ੍ਰੋ ਚੋਇਸ ਨੇ ਕਿ ਭਾਈ
ਉਹਨੂੰ ਪਲੈਨਡ ਪੇਰੈਂਟਹੁੱਡ ਕਹਿੰਦੇ ਨੇ, ਉਹਦੀ ਨਵੀਂ ਡੈਫੀਨੇਸ਼ਨ ਬਣਾ ਲਈ ਕਿ ਭਾਈ ਫੈਮਿਲੀ ਨੂੰ ਪਲੈਨ ਕਰਨਾ ਕਿੰਨੇ ਬੱਚੇ ਚਾਹੀਦੇ ਨੇ, ਨਹੀਂ ਹੱਕ ਹੋਣਾ ਚਾਹੀਦਾ। ਇਸੇ ਤਰ੍ਹਾਂ ਡੈਮੋਕਰੈਟਾਂ 'ਚ ਨੇ ਜਿਹੜੇ ਬੇਸ਼ੱਕ, ਕਿਉਂਕਿ ਮੈਜੋਰਟੀ ਡੈਮੋਕਰੈਟ ਪਲੈਨਡ ਪੇਰੈਂਟਹੁੱਡ ਦੇ ਹੱਕ 'ਚ ਨੇ, ਪਰ ਕੁਛ ਉਹ ਡੈਮੋਕਰੈਟ ਵੀ ਨੇ ਜਿਹੜੇ ਕੈਥੋਲਿਕ ਹੋਣ ਕਰਕੇ ਜਿਹੜੇ ਅਬੋਰਸ਼ਨ ਦੇ ਖਿਲਾਫ ਨੇ। ਸੋ ਮੈਂ ਸਮਝਦਾ ਵੀ ਇਹਦੇ 'ਚ ਪਰਸਨਲ ਚੋਇਸਿਸ ਵੀ ਨੇ ਕਿ ਵੀ ਕੁਛ ਜਿਹੜੇ ਨੇ ਰਿਪਬਲਿਕਨ ਨੀਤੀਆਂ ਦੇ ਨਾਲ ਨੇ, ਕੁਛ ਡੈਮੋਕਰੈਟ। ਔਰ ਮੈਂ ਸਮਝਦਾ ਵੀ ਇਹ ਸਾਨੂੰ ਇਨਕਰੇਜ ਕਰਨਾ ਚਾਹੀਦਾ, ਬੋਟਮ ਲਾਈਨ ਜਿਵੇਂ ਡਾਕਟਰ ਅਰਵਿੰਦਰ ਸਿੰਘ ਹੋਰਾਂ ਨੇ ਕਹੀ ਸੀ ਕਿ ਇਨਕਰੇਜਮੈਂਟ ਹੈ ਪੋਲੀਟੀਕਲ ਪਾਰਟਿਸਿਪੇਸ਼ਨ 'ਚ ਹਿੱਸਾ ਲੈਣਾ। ਜੇ 2 ਲੱਖ ਸਿੱਖ ਵੋਟਰ ਜੇ ਅਕਰੋਸ 7-8 ਲੱਖ ਸਿੱਖ ਹੁਣ ਨੇ ਅਮਰੀਕਾ ਦੇ ਵਿੱਚ, ਉਹਨਾਂ 'ਚ 2-3 ਲੱਖ ਜਿਹੜੇ ਨੇ ਉਹ ਐਲੀਜੀਬਲ ਵੋਟਰ ਨੇ। ਸੋ ਐਜ ਏ ਵੋਟਰ ਰਜਿਸਟਰ ਹੋਣਾ, ਵੋਟਰ ਤੁਸੀਂ ਡੈਮੋਕਰੈਟ ਰਜਿਸਟਰ ਹੋਵੋ, ਰਿਪਬਲਿਕਨ ਹੋਵੋ, ਫਿਰ ਤੁਹਾਡੀ ਵਿਜ਼ੀਬਿਲਿਟੀ, ਵੋਟ ਪਾਓ। ਔਰ ਜਿਹੜੇ ਕੈਂਡੀਡੇਟ ਨੇ ਉਹਨਾਂ ਨੂੰ ਪੁੱਛੋ ਕਿ ਭਾਈ ਤੁਹਾਡੀਆਂ ਕੀ ਨੀਤੀਆਂ ਨੇ, ਉਹਦੇ 'ਚ ਪਾਰਟੀਸਪੇਟ ਕਰੋ। ਸੋ ਇਹਨਾਂ ਦਾ ਵੀ ਰੋਜਰ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ ਜੀ। ਡਾਕਟਰ ਸਾਹਿਬ ਬ੍ਰੇਕ, ਵਿਊਅਰਸ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।